पैसे कट्ठे कर यार तू आके लाके वेख ना तेनू पता लग कि मोर्चा की चीज होंदी सिखो असी एक दूजे दियां ओ लत्तां खिंचदे आं साडे पल्ले भी कख नहीं जितदे भी नहीं पर असी हर वार एक दूजे नूं मेहणे ते कमेंट लिखण ते ही लगे रहिंदे ओ बंदा पंजाब च आपदी नाम चर्चा करावे ते पंजाब दे सिख लीडर बशर्मा वांगू मूंह थले करके बैठे होण इहनूं कहिंदे ने गुलामी एक गैर सिख कुंवर विजय प्रताप तुहाडे हक च बोलदा है ते कान में पग्गा वाले जेड़े तुहाडे उहनां नूं शर्म आउणी चाहीदी है 14 महीने हो गए ने दो बंदियां नूं दो परिवारां नूं लगातार संघर्ष करदियां नूं ते तुसीं कमेंट करन लग्गे कि मजाक मना छड्डिया पंजाब दे अंदर सरदार कपूर सिंह ने कहा सी कि सिखो तुसी आपदा कुछ बना लो वरना तुहाडियां पीढ़ियां जिहड़ियां अगलियां ने एक पिंजरे च पंछी वांगू तड़फ तड़फ के मरोंगे तुसी। महाराज दी हजूरी च बैठी समूह साध संगत वाहिगुरु जी का खालसा वाहिगुरु जी की फतेह। ਜਿਵੇਂ ਪਿੱਛੇ ਜੇ ਹੁਣ ਇੱਕ ਗੱਲ ਬੜੀ ਚੱਲੀ ਹੈ ਮੋਰਚਿਆਂ ਬਾਰੇ ਕਿ ਇੱਕ ਮੋਹਾਲੀ ਮੋਰਚਾ ਹੈ ਇੱਕ ਇੱਥੇ ਮੋਰਚਾ ਹੈ ਅੱਜ ਵੀ ਮੈਨੂੰ ਕਾਫੀ ਚੈਨਲਾਂ ਨੇ ਇੱਕੋ ਗੱਲ ਪੁੱਛੀ ਕਿ ਮੋਰਚੇ ਇੱਕ ਕਿਉਂ ਨਹੀਂ ਹੋ ਰਹੇ ਤਾਂ ਮੇਰੀ ਉਹਨਾਂ ਨੂੰ ਇੱਕੋ ਬੇਨਤੀ ਸੀ ਕਿ ਹਰ ਮੋਰਚੇ ਦੀ ਇੱਕ ਅਲੱਗ ਅਹਿਮੀਅਤ ਹੁੰਦੀ ਹੈ ਜਿਹੜਾ ਇਹ ਮੋਰਚਾ ਹੈ ਇਹਦੀ ਅਲੱਗ ਅਹਿਮੀਅਤ ਹੈ ਮੋਹਾਲੀ ਦੇ ਇੱਕ ਅਲੱਗ ਅਹਿਮੀਅਤ ਇਹ ਮੋਰਚਾ ਉਹ ਹੈ ਜਿਹਨੂੰ ਤੁਸੀਂ ਪਿਛਲੇ 30 ਸਾਲ ਦੇ ਵਿੱਚ ਸਿੱਖ ਰੋ ਰੋ ਕੇ ਮਰ ਗਏ ਕਿ ਜਿਹੜੇ ਡੀਜੀਪੀ ਸੀ ਜਿਨੇ ਕੋ ਕੋ ਕੇ ਸਿੱਖਾਂ ਦੇ ਮੁੰਡੇ ਮਾਰੇ ਸੀ ਥੱਲੇ ਟੌਰਚਰ ਕਰਦਾ ਹੁੰਦਾ ਸੀ ਕੁਰਸੀ ਉੱਤੇ ਰੱਖ ਕੇ ਢਿੱਡ ਪਾੜਦਾ ਸੀ ਉਹਨਾਂ ਦੇ ਅੰਗ ਅਲੱਗ ਅਲੱਗ ਕਰਦਾ ਸੀ ਤੇ ਹੱਸਦਾ ਹੁੰਦਾ ਸੀ ਅੱਜ ਉਹਦੇ ਖਿਲਾਫ ਮੋਰਚਾ ਲੱਗਾ ਹੈ ਤੇ ਪੰਜਾਬ ਦੇ ਲੋਕ ਜਦੋਂ ਕਮੈਂਟ ਕਰਦੇ ਨੇ ਉਦੋਂ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਯਾਰ ਜਿੰਦੇ ਖਿਲਾਫ ਤੁਸੀਂ ਬੋਲਦੇ ਸੀ ਅੱਜ ਉਸ ਦੇ ਖਿਲਾਫ ਮੋਰਚਾ ਹੈ ਤੇ ਤੁਸੀਂ ਉਲਟੇ ਸਵਾਲ ਪੁੱਛਦੇ ਯਾਰ ਸਾਹਿਬ ਜਿਹਨੂੰ ਤੁਸੀਂ ਕਹਿੰਦੇ ਸੀ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਉਹਨੂੰ ਸਜ਼ਾ ਦਿਵਾਉਣ ਦੇ ਲਈ ਉਹਦੇ ਖਿਲਾਫ ਇਨਵੈਸਟੀਗੇਸ਼ਨ ਦੇ ਲਈ ਇੱਥੇ ਲਗਾਤਾਰ 14 ਮਹੀਨਿਆਂ ਤੋਂ ਬੰਦਾ ਬੈਠਾ ਹੈ ਤੁਸੀਂ ਉਹਨੂੰ ਮਜ਼ਾਕ ਕਰਦੇ ਯਾਰ ਜਿਹੜੇ ਉਦੋਂ ਦਾ ਮੁੱਖ ਮੰਤਰੀ ਸੀ ਜਿੰਦੇ ਤੇ ਤੁਸੀਂ ਐਲੀਗੇਸ਼ਨ ਲਾਉਂਦੇ ਹੁੰਦੇ ਸੀ ਕਿ 1978 ਦੇ ਵਿੱਚ ਇਸ ਮੁੱਖ ਮੰਤਰੀ ਨੇ ਸਿੱਖਾਂ ਤੇ ਅਤਿਆਚਾਰ ਕਰਾਏ ਉਸ ਮੁੱਖ ਮੰਤਰੀ ਨੇ ਇੱਕ ਐਪਲੀ ਦਰਖਾਸਤਾਂ ਦੇ ਕੇ ਸੈਂਟਰ ਗਵਰਨਮੈਂਟ ਨੂੰ 1984 ਦੇ ਵਿੱਚ ਹਮਲਾ ਕਰਾਇਆ 2015 ਚ ਦੋ ਬੰਦਿਆਂ ਨੂੰ ਗੋਲੀਆਂ ਨਾਲ ਇੱਥੇ ਮਾਰ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਹੜੇ ਬੇਅਦਬੀ ਕਰਨ ਵਾਲੇ ਬੰਦੇ ਨੇ ਉਹਨਾਂ ਦੀ ਮਦਦ ਕਰ ਰਿਹਾ ਹੋ ਹੁਣ ਮੈਨੂੰ ਦੱਸੋ ਇਹ ਮੋਰਚਾ ਸਭ ਤੋਂ ਮਹਾਨ ਤੇ ਜਿਆਦੀ ਅਹਿਮੀਅਤ ਵਾਲਾ ਮੋਰਚਾ ਇਹ ਜਿਸ ਦੇ ਵਿੱਚ ਕਹਿੰਦੇ ਕਵਾਉਂਦੇ ਜ਼ੁਲਮ ਕਰਨ ਵਾਲੇ ਬੰਦਿਆਂ ਦੇ ਖਿਲਾਫ ਇਹ ਮੋਰਚਾ ਚੱਲ ਰਿਹਾ ਅਸੀਂ ਕਿਸੇ ਮੋਰਚੇ ਦੇ ਖਿਲਾਫ ਨਹੀਂ ਚਾਹੇ ਉਹ ਜੀਰੇ ਦਾ ਮੋਰਚਾ ਉਹਦੀ ਅਲੱਗ ਅਹਿਮੀਅਤ ਹੈ ਉਹਨੇ ਬੜਾ ਸੋਹਣਾ ਕੀਤਾ ਕੌਮੀ ਮੋਰਚਾ ਜਿਹੜਾ ਉਹਦੀ ਅਲੱਗ ਅਹਿਮੀਅਤ ਹੈ ਬੜਾ ਵਧੀਆ ਹੈ ਉਹ ਇੱਕ ਬੰਦੀ ਸਿੰਘਾਂ ਦਾ ਮੋਰਚਾ ਬੜਾ ਵਧੀਆ ਮੋਰਚਾ ਹੈ ਪਰ ਜਿਹੜੇ ਬੰਦੇ ਵਾਰ ਵਾਰ ਸਵਾਲ ਕਰਦੇ ਨੇ ਇਹ ਮੋਰਚਾ ਇੱਥੇ ਕਿਉਂ ਯਾਰ ਤੁਸੀਂ 14 ਦਿਨ ਬਹਿ ਕੇ ਤਾਂ ਵੇਖੋ ਸੜਕ 14 ਮਹੀਨੇ ਹੋ ਗਏ ਨੇ ਦੋ ਬੰਦਿਆਂ ਨੂੰ ਦੋ ਪਰਿਵਾਰਾਂ ਨੂੰ ਲਗਾਤਾਰ ਸੰਘਰਸ਼ ਕਰਦਿਆਂ ਨੂੰ ਤੇ ਤੁਸੀਂ ਕਮੈਂਟ ਕਰਨ ਲੱਗਿਆ ਕਿ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਅੰਦਰ ਤੁਸੀਂ ਸਿੱਖ ਹੋ ਸਿੱਖ ਹੋ ਕੇ ਜਦੋਂ ਥੱਲੇ ਲਿਖਦਾ ਹੈ ਤੂੰ ਆਪਦੇ ਵੱਲ ਵੇਖਤਾ ਲਿਆ ਕਰ ਹੁਣ ਦੇਖੋ ਦਿੱਲੀ ਹੈ ਆਰਐਸਐਸ ਹੈ ਜਿਹੜੀ 75 ਸਾਲ ਤੋਂ ਪਾਕਿਸਤਾਨ 'ਚ ਰਾਜ ਕਰ ਰਹੀ ਹੈ ਉਹ ਇੱਕ ਬੰਦਾ ਵੀ ਆਪਦੇ ਖਿਲਾਫ ਆਪਦੀ ਕੌਮ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਲਿਖਦਾ ਜੋ ਮਰਜ਼ੀ ਮੋਦੀ ਕਰਦੇ ਉਹ ਅਯੁੱਧਿਆ 'ਚ ਮੰਦਿਰ ਬਣਾ ਲੈਣ ਉਹ ਕਿਤੇ ਗੁਰਦੁਆਰਾ ਢਾ ਦੇਣ ਕਿਤੇ ਮਸਜਿਦ ਢਾ ਦੇਣ ਉਹ ਬਹੁ ਗਿਣਤੀ ਨੇ ਅੱਜ ਤੀਕਰ ਉਹਦਾ ਵਿਰੋਧ ਨਹੀਂ ਕੀਤਾ ਤੇ ਸਿੱਖੋ ਅਸੀਂ ਇੱਕ ਦੂਜੇ ਦੀਆਂ ਉਹ ਲੱਤਾਂ ਖਿੱਚਦੇ ਆ ਸਾਡੇ ਪੱਲੇ ਵੀ ਕੱਖ ਨਹੀਂ ਜਿੱਤਦੇ ਵੀ ਨਹੀਂ ਪਰ ਅਸੀਂ ਹਰ ਵਾਰ ਇੱਕ ਦੂਜੇ ਨੂੰ ਮਿਹਣੇ ਤੇ ਅੱਗੇ ਕਮੈਂਟ ਲਿਖਣ ਤੇ ਹੀ ਲੱਗੇ ਰਹਿੰਦੇ
बाकी किसे नूं नीवा करन लई कहना मोर्चा जित्या नहीं जांदा। मोर्चे क्यों नहीं जित्ते जांदे? अंग्रेज कहिंदा कहौंदा सी 70 साल लगातार राज करन तों बाद पहली वार जे अंग्रेज हारिया सी ते गुरुद्वारा रकाबगंज साहिब दी कन्न दा झगड़ा पिया सी दिल्ली ता पहली वार अंग्रेज ने गोडे टेके सी पंजाब सिखां दे अगे उत्थे हार मन्नी सी उहने। दूसरा ओही अंग्रेज जदों इत्थे गुरु का बाग दा मोर्चा लगदा चाबियां दा मोर्चा लगदा है उहने आपदे मुंहों कहा सी जे मैं हारिया तां मैं सिखां दे अगे आके हारिया। पर उदो साडे सिख एक दूजे दीआं लत्तां नहीं सी खिंचदे। हुण असीं इक आप दा मजाक बनाउण दे लई आपदी कौम दा मजाक बनाउण दे लई असीं लगे होए। सरदार कपूर सिंह ने कहा सी कि सिखो तुसीं आप दा कुछ बना लो वरना तुहाडीआं पीढ़ियां जिहड़ियां अगलियां ने एक पिंजरे च पंछी वाकू तड़फ तड़फ के मरोंगे। तुसी इस पंजाब दे अंदर एक नौकरां वाली जिंदगी जिओगे। तुसी जिओण दे लई स्ट्रगल करोगे संघर्ष करोगे। आ वेखो तुसी इस तरह बैठे हुण तां सानू संघ आउणी चाहीदी। असी एक दूजे ते एक चिक्कड़ सुट्टदे आ एक दूजे ते एलीगेशन लाउणे आ यार किन्ने कु पैसे इकट्ठे हो गए ने यार। असी सब तो पहलों जे कोई सिख लड़दा है ते असी सब तो पहलों उहदे ते हमला कर देने आ। कोई सिख भी बोलदा है यार इहदे पैसे इकट्ठे कर लिया यार तू आके लाके वेख ना तेनू पता लग जाए कि मोर्चा की चीज होंदी है। सो मेरे देखण दे विच सानू सिखां नू इकट्ठे होना चाहीदा है। सारे मोर्चा दी सपोर्ट करनी चाहीदी है। अलग अलग मोर्चा चलदा कोई फर्क नहीं पैंदा। जदों लाहौर तो हमला हुंदा सी असी इत्थों लड़दे सी नाल दी नाल हमला जदों जलंधर साइड ते हुंदा सी ते सिख उत्थों भी लड़दे सी। सो हर चीज दी इक अलग अहमियत हुंदी है। सानू इकट्ठे होना चाहीदा नहीं तां पंजाब दी धरती दे उपर जिथे एक साध ने इत्थे गुरु ग्रंथ साहिब दी बेदबी कीती होवे ते ओह बंदा पंजाब च आपदी नाम चर्चा करावे ते पंजाब दे सिख लीडर बशर्मा वांगू मुंह थले करके बैठे होण इहनू कहिंदे ने गुलामी इहनू कहिंदे ने मानसिक गुलामी। ਇਹ ਲੋਕ ਆ ਸੀ ਜਿਨ੍ਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹ ਪੰਜਾਬ ਚ ਇੰਜੋਏ ਕਰਦਾ ਹੈ। ਸੰਗਤ ਵੇਖੋ ਤੁਸੀਂ ਉਹਨਾਂ ਦੀ ਗੜਗਾਉਂ ਤੋਂ ਹੈ ਰਾਜਸਥਾਨ ਤੋਂ ਹਰਿਆਣੇ ਤੋਂ ਹੈ ਤੇ ਤੁਹਾਨੂੰ ਚੜਾਉਣ ਦੇ ਲਈ ਉਹ ਸਲਾਬਤ ਪੂਰੇ ਫੰਕਸ਼ਨ ਕਰਦਾ ਹੈ ਤੇ ਤੁਹਾਡੇ ਸਿੱਖ ਲੀਡਰ ਧੌਣ ਨੀਵੀਂ ਕਰਕੇ ਬੈਠੇ ਨੇ। ਇੱਕ ਗੈਰ ਸਿੱਖ ਕੁੰਵਰ ਵਿਜੇ ਪ੍ਰਤਾਪ ਤੁਹਾਡੇ ਹੱਕ ਚ ਬੋਲਦਾ ਤੇ 91 ਪੱਗਾਂ ਵਾਲੇ ਜਿਹੜੇ ਤੁਹਾਡੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ 91 MLA ਜਿਹੜੇ ਮੇਰੇ ਦੇਖ ਚ ਮਰ ਚੁੱਕੇ ਨੇ ਜਿਉਂਦੇ ਉਹ ਬੰਦੇ ਨੇ ਯਾਰ। ਇੱਕ ਬੰਦਾ ਵੀ ਉਹਨਾਂ ਦੇ ਸਾਹ ਤੇ ਉਲਟ ਨਹੀਂ ਬੋਲਦਾ ਇੱਕ ਬੰਦਾ ਵੀ ਉਹਨਾਂ ਖਿਲਾਫ਼ ਨਹੀਂ ਬੋਲਿਆ ਕਿ ਇਸ ਬੰਦੇ ਨੂੰ ਇੱਥੇ ਨਹੀਂ ਬੋਲਣ ਦੇਣਾ ਚਾਹੀਦਾ। ਹੁਣ ਰਹਿ ਗਈ ਇਸ ਕੇਸ ਦੀ ਇਨਵੈਸਟੀਗੇਸ਼ਨ ਦੀ ਗੱਲ। ਅਪ੍ਰੈਲ ਦੇ ਵਿੱਚ 5 ਵਕੀਲ ਆਏ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਟਾਈਮ ਦਿੱਤਾ ਜਾਵੇ। ਵਕੀਲਾਂ ਦਾ ਮੈਂ ਕਸੂਰ ਤਾਂ ਨਹੀਂ ਕੱਢਦਾ ਕਿਉਂਕਿ ਕਿਸੇ ਦੇ ਕਹਿਣ ਤੇ ਆਏ ਸੀ। ਉਹਨਾਂ ਨੂੰ ਸਰਕਾਰ ਨੇ ਕਿਹਾ ਸੀ ਕਿ 15 ਦਿਨ ਦਾ ਟਾਈਮ ਲਓ ਅਸੀਂ ਕੰਮ ਕਰਦੇ ਹਾਂ। ਉਹ ਵਿਚਾਰੇ 15-15 ਦਿਨ ਲੈਂਦੇ ਆਪ ਹੀ ਇੱਥੋਂ ਆਉਣੋਂ ਹਟ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕੁਛ ਨਹੀਂ ਬਣੀ। ਫਿਰ ਇੱਥੇ ਜਿਹੜਾ ਸਪੀਕਰ ਹੈ ਕਲਤਾਰ ਸਿੰਘ ਸੰਧਵਾ ਆਇਆ ਜਿਹਨੇ ਬੜਾ ਵੱਡਾ ਬਿਆਨ ਦਿੱਤਾ। ਯਾਰ ਸਿਰਫ ਭੁੱਖ ਤਾਂ ਮੁੱਖ ਮੰਤਰੀ ਬਣਨ ਲਈ ਹੋਣੀ ਹੈ ਹੋਰ ਤਾਂ ਕੁਛ ਵੀ ਨਹੀਂ ਸੀ। ਜਦੋਂ ਤੁਹਾਡੇ ਅੰਡਰ ਤੁਹਾਡੇ ਅਫਸਰ ਹੀ ਹੈਣੀ ਤੁਹਾਡੀ ਪੁੱਛਗਿੱਛ ਹੀ ਹੈਣੀ ਤੇ ਫਿਰ ਸਪੀਕਰ ਤੇ ਮਿਨਿਸਟਰੀ ਕਾਹਦੀ ਹੈ? ਫਿਰ ਰਿਜ਼ਾਈਨ ਦੇ ਦਿਓ। ਕੀ ਫਾਇਦਾ ਹੋਇਆ ਇਹੋ ਜਿਹੀ ਹਕੂਮਤ ਦਾ ਜਿੱਥੇ ਤੁਹਾਡੀ ਸੁਣਦਾ ਹੀ ਕੋਈ ਨਹੀਂ? ਫਿਰ ਇਹਨਾਂ ਪੁਲਿਸ ਅਫਸਰਾਂ ਨੇ ਸਾਨੂੰ ਸਿੜਿਆ ਭੇਜਿਆ ਕਿ 31 ਜਨਵਰੀ ਤੀਕਰ ਅਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ। ਨਹੀਂ ਕੀ ਅਸੀਂ 5 ਦਿਨ ਬਾਅਦ ਚ ਕੀਤਾ ਫੰਕਸ਼ਨ ਕਿ ਸ਼ਾਇਦ ਇਹ ਚਲਾਨ ਪੇਸ਼ ਕਰ ਦੇਣ? ਨਹੀਂ ਕੀ ਹੁਣ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਬੇਲਗਾਮ ਨੇ। ਪੰਜਾਬ ਦੀ ਸਰਕਾਰ ਮੁੱਖ ਮੰਤਰੀ ਦੇ ਹੱਥ ਕੁਛ ਨਹੀਂ। ਜਿਸ ਮੁਲਜ਼ਮ ਨੇ ਹਾਈ ਕੋਰਟ ਦੇ ਜੱਜਾਂ ਨੂੰ ਥ੍ਰੈਟ ਕੀਤਾ ਹੋਵੇ ਉਸ ਮੁਲਜ਼ਮ ਦੇ ਖਿਲਾਫ ਪੰਜਾਬ ਸਰਕਾਰ ਜਾਂ ਕੋਈ ਪਰਵਾਹ ਹੀ ਨਹੀਂ ਉਹਨੂੰ ਕਿਸੇ ਚੀਜ਼ ਦੀ। ਉਹ ਕੀ ਚੀਜ਼ ਹੈ? ਇੱਕ ਮੁੱਖ ਮੰਤਰੀ ਉਸ ਵਕਤ ਦਾ ਜਿਹਨੂੰ ਸੈਂਟਰ ਬਚਾ ਰਿਹਾ ਹੈ। ਇਹ ਅਫਸਰ ਜਿਹੜੇ ਸੈਂਟਰ ਗਵਰਨਮੈਂਟ ਦੇ ਨਾਲ ਨੇ ਇਹ ਜਿਹੜੇ ਤੁਸੀਂ ਭਾਜਪਾ ਦੇ ਵਿੱਚ ਤੁਹਾਡੇ ਲੀਡਰ ਛਾਲਾ ਮਾਰ ਕੇ ਜਾ ਰਹੇ ਨੇ ਉਹ ਬਿਸ਼ਰਮ ਟੋਲਾ ਉਹਨਾਂ ਦੇ ਕਹਿਣ ਤੇ IPS ਅਫਸਰ ਕੰਮ ਕਰਦੇ ਨੇ।
ਇਹ ਜਦ ਤੱਕ ਕਰੇ ਸਰਕਾਰ ਆਪ ਸਟੈਂਡ ਨਹੀਂ ਲੈਂਦੀ ਆਮ ਆਦਮੀ ਇਹ ਰਿਜ਼ਾਈਨ ਦੇਣ ਇਹੋ ਜਿਹੇ ਲੀਡਰ ਕਿ ਇਹ ਸਾਡੇ ਕਹਿਣ ਤੇ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਸੋ ਮੈਂ ਇਹ ਗੱਲ ਕਹੂੰਗਾ ਸਾਡਾ ਮੋਰਚਾ ਬੜਾ ਵਧੀਆ ਹੈ ਜਿਹੜਾ ਮੋਹਾਲੀ ਦਾ ਮੋਰਚਾ ਆਉਂਦੀ ਹੈ ਅਹਿਮੀਅਤ ਬੜੀ ਵਧੀਆ ਹੈ ਪਰ ਸਾਨੂੰ ਇਕੱਠੇ ਚੱਲਣਾ ਚਾਹੀਦਾ ਹੈ ਇੱਕ ਦੂਜੇ ਦੇ ਉੱਪਰ ਤੁਹਮਤਾਂ ਤੇ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਸੋ ਮੇਰੀ ਬੇਨਤੀ ਹੈ ਕਿ ਸਾਨੂੰ ਤਦ ਤੱਕ ਮੋਰਚਾ ਚਲਾਉਣਾ ਚਾਹੀਦਾ ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਇਹ ਕਹਿੰਦੇ ਘੋਦੇ ਜਿਹੜੇ ਮੁਲਜ਼ਮ ਨੇ ਇਹਨਾਂ ਦਾ ਜਿਹੜਾ ਮੂੰਹ ਜੇਲ੍ਹ ਵੱਲ ਨਹੀਂ ਜਾਂਦਾ ਇਹਨਾਂ ਮੈਂ ਕਹਿੰਦਾ ਆਇਆ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।